ਦੂਜੀ ਗੱਲ ਇਹ ਆਰਗੈਨਿਕ ਹੈ, ਕੋਈ ਕੈਮੀਕਲ ਨਹੀਂ, ਕੋਈ ਦਵਾਈ ਨਹੀਂ ਪਾਉਂਦੇ ਜੀ। ਤੁਹਾਡੇ ਕੋਲੇਸਟ੍ਰੋਲ ਹੀ ਘੱਟ ਜਾਂਦਾ, ਜਦੋਂ ਕੋਲੇਸਟ੍ਰੋਲ ਘੱਟ ਗਿਆ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆਟੋਮੈਟਿਕਲੀ ਜਿਹੜੀਆਂ ਬੰਦ ਹੋਣੀਆਂ, ਇਹ ਕੀ ਚੀਜ਼ ਹੋਈ? ਇਹ ਅਚਾਰ ਬਣਾਇਆ ਹੋਇਆ ਜੀ, ਸਿਰਕੇ ਵਿੱਚ ਪਾਇਆ ਹੋਇਆ ਜੀ। ਇਹਨੂੰ 5 ਸਾਲ ਵੀ ਰੱਖ ਲਓ ਤੁਸੀਂ, 6 ਸਾਲ ਜਿੰਨੇ ਮਰਜ਼ੀ ਸਾਲ ਰੱਖ ਲਓ, ਖਰਾਬ ਨਹੀਂ ਹੁੰਦਾ, ਕਿਤੇ ਨਹੀਂ ਜਾਂਦਾ ਜੀ। ਇਹ ਇੱਦਾਂ ਦਾ ਇੱਕ ਗੰਢੀ ਲਾਈ ਆਪਾਂ, ਪੂਰਾ ਲਸਣ ਆਪਾਂ ਨੂੰ ਮਿਲ ਗਿਆ, ਗੱਠਾ ਮਿਲ ਗਿਆ, ਠੀਕ ਹੈ। ਇਹਦੇ ਦੂਜੇ ਡਬਲ 2 ਫਾਇਦੇ ਕਿੱਦਾਂ ਹੁੰਦੇ ਜੀ, ਇਹਦੇ ਇਹਦੇ ਥੱਲੇ ਤੇ ਵੀ ਗੱਠੀ ਨਿਕਲਦੀ ਹੈ, ਜਿਹਨੂੰ ਗੱਠੀ ਵੀ ਕਹਿੰਦੇ ਆਪਾਂ, ਕਸ਼ਮੀਰੀ ਲਸਣ ਵੀ ਕਹਿੰਦੇ ਆ। ਅਲੱਗ ਵਰਾਇਟੀ ਹੈ ਜੀ, ਵਰਾਇਟੀ ਅਲੱਗ ਹੈ ਜੀ, ਵਰਾਇਟੀ। ਹਾਂ, ਇਹਨੂੰ ਫਾਰਮੀ ਲਸਣ ਕਹਿੰਦੇ ਆ ਜੀ, ਜਿੱਥੇ ਮੰਨ ਲਓ ਤੁਸੀਂ 100 ਗ੍ਰਾਮ ਲਸਣ ਵਰਤਣਾ ਜੀ, ਉੱਥੇ 50 ਗ੍ਰਾਮ ਹੀ ਵਰਤਣਾ ਜੀ। ਕਿਵੇਂ ਖਾਂਦੇ, ਕਿਵੇਂ ਇਹ ਡਰਾਈ ਫਰੂਟ? ਇਹਨੂੰ ਛਿੱਲ ਕੇ ਖਾਂਦੇ, ਜਦੋਂ ਇਹਨੂੰ ਛਿੱਲੋਗੇ ਤੁਸੀਂ ਤਾਂ ਮੋਤੀ ਜਿੱਦਾਂ ਦਾਣਾ ਨਿਕਲੂਗਾ ਜੀ, ਇਹ ਐਵੇਂ ਛਿੱਲ ਹੋਏਗਾ ਜੀ। ਆਹ ਦੇਖੋ, ਇਹ ਆਹ ਦੇਖੋ ਜੀ, ਇਹ ਮੋਤੀ ਵਰਗਾ ਦਾਣਾ ਨਿਕਲ ਗਿਆ ਜੀ। ਸਿਰਫ 4 ਪੀਸ ਖਾਣੇ ਨੇ ਡੇਲੀ ਤੁਸੀਂ ਇਹ। ਅੱਛਾ ਜੀ, ਤੁਹਾਡਾ ਕੋਲੈਸਟ੍ਰੋਲ ਖਤਮ ਹੋ ਜਾਏਗਾ ਜੀ, ਖਰਚਾ ਤਾਂ ਤੁਹਾਡਾ ਇਹਨਾਂ ਕੱਢ ਦੇਣਾ ਜੀ। ਜਿੰਨਾ ਵੀ ਤੁਹਾਡਾ ਖਰਚਾ ਹੋਏਗਾ, ਸਾਰਾ ਲੇਬਰ ਇਹਦੇ ਵਿੱਚ ਜ਼ਿਆਦਾ ਲੱਗਦੀ ਹੈ, ਜਦੋਂ ਕੁੱਟੋਗੇ ਇਹ ਥੱਲੇ ਫਿਰ ਚੁਗਣੀਆਂ ਪੈਂਦੀਆਂ ਇਹ। ਜਦੋਂ ਤੁਹਾਡਾ ਕੋਲੈਸਟ੍ਰੋਲ ਕੰਟਰੋਲ ਹੋ ਗਿਆ, ਉਸ ਤੋਂ ਬਾਅਦ ਜਿਹੜੀਆਂ ਹੋਰ ਬਿਮਾਰੀਆਂ ਉਹ ਵੀ ਕੰਟਰੋਲ ਹੋ ਜਾਣੀਆਂ, ਇਸ ਤੋਂ ਥੱਲੇ ਦੇ ਗੱਠੀ ਨਿਕਲੇਗੀ ਜੀ। ਇਹਨੂੰ ਕਸ਼ਮੀਰੀ ਲਸਣ ਕਹਿ ਦਿੰਦੇ ਜੀ। ਹਾਂਜੀ, ਇਹ ਜ਼ਿਆਦਾਤਰ ਨਾ ਡਰਾਈ ਫਰੂਟ ਦੇ ਦੁਕਾਨਾਂ ਤੇ ਤੁਹਾਨੂੰ ਮਿਲੇਗੀ, ਅਸੀਂ ਡਰਾਈ ਫਰੂਟ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨੂੰ ਸਪਲਾਈ ਕਰਦੇ ਨੇ। ਅੱਛਾ ਜੀ, 4 ਸਾਲ ਪੁਰਾਣਾ ਪਿਆ? ਹਾਂਜੀ, ਆਹ ਫਰੈਸ਼ ਆ? ਹਾਂ, ਇਹ ਫਰੈਸ਼ ਹੈ ਜੀ, ਇਹ ਫਰੈਸ਼ ਹੈ ਤੇ ਇਹ 4 ਸਾਲ ਪੁਰਾਣਾ ਹੋ ਗਿਆ। ਇਹ ਸਾਨੂੰ 25 ਈਅਰ ਹੋ ਗਏ ਜੀ ਕੰਮ ਕਰਦਿਆਂ ਨੂੰ, ਇਹ ਤੇ ਸਾਡੇ ਬਜ਼ੁਰਗ ਕਰਦੇ ਸੀਗੇ ਜੀ ਪਹਿਲਾਂ, ਤੇ ਹੁਣ ਅਸੀਂ ਕੰਟੀਨਿਊ ਕੀਤਾ ਹੋਇਆ ਜੀ ਇਹ। ਠੀਕ ਹੈ, ਇਸ ਤੋਂ ਥੱਲੇ ਦੇ ਗੱਠੀ ਨਿਕਲੇਗੀ ਜੀ, ਇਹਨੂੰ ਕਸ਼ਮੀਰੀ ਲਸਣ ਕਹਿ ਦਿੰਦੇ ਜੀ। ਹਾਂਜੀ, ਇਹ ਜ਼ਿਆਦਾਤਰ ਨਾ ਡਰਾਈ ਫਰੂਟ ਦੇ ਦੁਕਾਨਾਂ ਤੇ ਤੁਹਾਨੂੰ ਮਿਲੇਗੀ, ਅਸੀਂ ਡਰਾਈ ਫਰੂਟ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨੂੰ ਸਪਲਾਈ ਕਰਦੇ ਨੇ। ਸਾਡੇ ਤੋਂ ਬੀਜ ਵੀ ਲੈ ਸਕਦਾ, ਸਾਡੇ ਤੋਂ ਨੌਲੇਜ ਵੀ ਲੈ ਸਕਦਾ, ਇਹਦੀ ਕਿੱਲੇ ਦੀ ਗੱਲ ਕਰ ਲਈ, ਆਪਾਂ ਖੱਤੇ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿੰਨੀ ਪੈਦਾਵਾਰ ਨਿਕਲਦੀ? 15 ਕੁਇੰਟਲ ਬੀਜ ਪੈਂਦਾ ਜੀ, ਇਹਦਾ ਵਜ਼ਨ ਜ਼ਿਆਦਾ ਹੁੰਦਾ ਇਹਦੇ ਵਿੱਚ, 15 ਕੁਇੰਟਲ ਬੀਜ ਪੈਂਦਾ ਜੀ, 70 ਕੁਇੰਟਲ ਨਿਕਲਦਾ ਜੀ। ਕਿਵੇਂ ਰੱਖਣਾ ਇਹਦੀ ਸਾਂਭ ਸੰਭਾਲ? ਥੋੜ੍ਹੀ ਜਿਹੀ ਜ਼ਿਆਦਾ ਜੀ, ਅਤੇ ਜਿਹੜਾ ਕੋਈ ਆ ਕੇ ਸਾਡੇ ਫਾਰਮ 'ਤੇ ਦੇਖਣਾ ਚਾਹੁੰਦਾ ਉਹ ਵੀ ਆ ਸਕਦਾ ਜੀ। ਮਿੱਟੀ ਜਿੱਦਾਂ ਦੀ ਹੋਵੇ ਉੱਦਾਂ ਦੀ ਚੱਲ ਜਾਏਗੀ, ਜ਼ਿਆਦਾ ਰੇਤਾ ਨਹੀਂ ਚੱਲੇਗਾ। ਅਤੇ ਪੂਰਾ ਪ੍ਰੋਸੈਸ 7 ਮਹੀਨੇ? 7 ਮਹੀਨੇ ਜੀ, 7 ਮਹੀਨੇ। 7 ਮਹੀਨੇ ਬਾਅਦ ਤੁਸੀਂ ਆਪਣੀ ਪੜ੍ਹਾਈ ਕਰ? ਹਾਂਜੀ, ਜੂਨ 'ਚ ਕਪੜਾਈ ਸਟਾਰਟ ਹੋ ਜਾਂਦੀ ਜੀ। ਨਹੀਂ, ਪ੍ਰੋਸੈਸ ਉਹੀ ਹੁੰਦਾ ਜੀ, ਪਰ ਸਮੇਂ ਜ਼ਿਆਦਾ ਲੱਗਦਾ ਜੀ ਇਹਨੂੰ। 7 ਮਹੀਨੇ ਲੱਗ ਜਾਂਦੇ, ਜਿਹੜਾ ਨੋਰਮਲੀ ਲਸਣ ਹੁੰਦਾ ਜੀ ਉਹ 4 ਮਹੀਨੇ 'ਚ ਬਾਹਰ ਆ ਜਾਂਦਾ। 7 ਮਹੀਨੇ ਤੋਂ ਪਹਿਲਾਂ ਇਹਨੂੰ ਕੱਢਦੇ ਨਹੀਂ? ਨਹੀਂ ਜੀ, ਨਹੀਂ ਜੀ। ਚਲੋ ਜੀ, ਅੱਜ ਅਸੀਂ ਜਗਰਾਓ ਪਹੁੰਚੇ ਜਿੱਥੇ ਕਿ ਇਹ ਲਸਣ ਦੇਖ ਰਹੇ ਹੋ ਮੇਰੇ ਹੱਥਾਂ ਵਿੱਚ ਫੜੇ ਹੋਏ ਨੇ। ਲਸਣ ਦਾ ਸਾਈਜ਼ ਚੈੱਕ ਕਰੋ ਪਹਿਲਾਂ, ਸਭ ਤੋਂ ਪਹਿਲਾਂ ਇਹ ਐਡੇ ਵੱਡੇ ਲਸਣ ਤੁਸੀਂ ਦੇਖਿਆ ਹੋਣਾ, ਐਡਾ ਸਾਈਜ਼ ਤੁਸੀਂ ਦੇਖਿਆ ਹੋਣਾ, ਲੇਕਿਨ ਆਖਿਰਕਾਰ ਇਹ ਲਸਣ ਕਿਵੇਂ ਬਣਦੇ ਹੈ, ਕਿੱਥੇ ਲੱਗਦਾ ਹੈ, ਸਭ ਕੁਝ ਜਾਣਗੇ ਗੁਰਨੂਰ ਔਰਗੈਨਿਕ ਜਿਨ੍ਹਾਂ ਨੇ ਅੱਜ ਇਸ ਮੇਲੇ ਦੇ ਵਿੱਚ ਇਹ ਸਟਾਲ ਲਾਇਆ ਹੋਇਆ। ਬਾਈ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਜੀ। ਸਭ ਤੋਂ ਪਹਿਲਾਂ ਜਦੋਂ ਅਸੀਂ ਆਹ ਲਸਣ ਦੇਖਿਆ ਨਾ, ਮਤਲਬ ਹਰ ਕੋਈ ਹੈਰਾਨ ਹੁੰਦਾ ਕਿ ਐਡਾ ਵੱਡਾ ਲਸਣ। ਬਿਲਕੁਲ ਜੀ, ਬਿਲਕੁਲ। ਇਹ ਬਾਰੇ ਥੋੜੀ ਜਾਣਕਾਰੀ ਦਿਓਗੇ ਜੀ? ਹਾਂਜੀ, ਪੁੱਛੋ ਜੀ, ਕੀ ਪੁੱਛਣਾ ਜੀ? ਫਸਟ ਆਫ ਆਲ ਤਾਂ ਇਹ ਮਤਲਬ ਅਲੱਗ ਵਰਾਇਟੀ ਹੈ ਜੀ। ਕੋਈ ਕੈਮੀਕਲ ਨੀ, ਕੋਈ ਦਵਾਈ ਨੀ ਪਾਉਂਦੇ ਜੀ, ਸਿਰਫ ਦੇਸੀ ਖਾਦ ਪਾਉਂਦੇ ਜੀ ਆਪਾਂ। ਇਹਨੂੰ ਛਿੱਲ ਕੇ ਖਾਂਦੇ, ਜਦੋਂ ਇਹਨੂੰ ਛਿੱਲੋਗੇ ਤੁਸੀਂ ਤਾਂ ਮੋਤੀ ਜਿੱਦਾਂ ਦਾਣਾ ਨਿਕਲੂਗਾ ਜੀ। ਹਾਂਜੀ, ਇਹਨੂੰ ਛਿੱਲੋ, ਇਹ ਐਵੇਂ ਛਿੱਲ ਹੋਏਗਾ ਜੀ। ਆਹ ਦੇਖੋ, ਇਹ ਆਹ ਦੇਖੋ ਜੀ, ਇਹ ਮੋਤੀ ਵਰਗਾ ਦਾਣਾ ਨਿਕਲ ਗਿਆ ਜੀ। ਸਿਰਫ 4 ਪੀਸ ਖਾਣੇ ਨੇ ਡੇਲੀ ਤੁਸੀਂ ਇਹ। ਅੱਛਾ ਜੀ, ਤੁਹਾਡਾ ਕੋਲੈਸਟ੍ਰੋਲ ਖਤਮ ਹੋ ਜਾਏਗਾ ਜੀ, ਪਤਾ ਵੀ ਨਹੀਂ ਚੱਲੇਗਾ ਤੁਹਾਡਾ ਕੋਲੈਸਟ੍ਰੋਲ ਕਿੱਥੇ ਗਿਆ।
ਜਦੋਂ ਤੁਹਾਡਾ ਕੋਲੇਸਟ੍ਰੋਲ ਕੰਟਰੋਲ ਹੋ ਗਿਆ, ਉਸ ਤੋਂ ਬਾਅਦ ਜਿਹੜੀਆਂ ਹੋਰ ਬਿਮਾਰੀਆਂ ਉਹ ਵੀ ਕੰਟਰੋਲ ਹੋ ਜਾਣੀਆਂ। ਅੱਛਾ, ਬਾਜ਼ਾਰ ਦੇ ਵਿੱਚ ਜੇ ਲੈਣਾ ਹੋਵੇ ਕਿੰਨੇ ਰੁਪਏ ਦਾ ਭਾਅ ਮਿਲ ਜਾਂਦਾ? ਇਹ 2200 ਰੁਪਏ ਕਿਲੋ, 3500 ਰੁਪਏ ਕਿਲੋ ਵੀ ਵਿਕਦਾ ਹੈ ਐਮਾਜੋਨ ਤੇ, ਅਸੀਂ ਓਨੇ ਹੀ ਰੇਟ ਤੇ ਵੇਚਦੇ ਹਾਂ। ਆਹ ਦੇਖੋ ਜੀ, ਇਹ ਵਾਲੇ ਸਾਲ ਜਿੰਨੇ ਮਰਜ਼ੀ ਸਾਲ ਰੱਖ ਲੋ, ਖਰਾਬ ਨਹੀਂ ਜਾਂਦਾ, ਕਿਤੇ ਨੀ ਜਾਂਦਾ ਜੀ। ਇਹ ਸਾਡੇ ਕੋਲ 4 ਸਾਲ ਪੁਰਾਣਾ ਪਿਆ ਜੀ। 4 ਸਾਲ ਪੁਰਾਣਾ ਪਿਆ? ਹਾਂਜੀ, ਅੱਜ ਅਸੀਂ ਟੈਸਟ ਕਰਵਾ ਰਹੇ, ਉਰੇ ਜਿੰਨੇ ਵੀ ਆਏ ਨੇ ਸਾਰੇ ਚੈੱਕ ਕਰ ਰਹੇ ਨੇ, ਸਾਰੇ ਨਾ ਮਤਲਬ ਵਧੀਆ ਦੱਸਿਆ ਵੀ ਹਾਂ ਕਾਫੀ ਅੱਛਾ ਲੱਗ ਰਿਹਾ ਜੀ। ਫਰੈਸ਼ ਆ? ਹਾਂ ਇਹ ਫਰੈਸ਼ ਹੈ ਜੀ। ਇਹ ਫਰੈਸ਼ ਹੈ ਤੇ ਇਹ 4 ਸਾਲ ਪੁਰਾਣਾ ਹੋ ਗਿਆ, ਕਹਿੰਦੇ 5 ਸਾਲ ਅਗਲੇ ਥੋੜਾ ਚਾਰ ਕਿਤੇ ਨੂੰ ਚਲਾ, ਖਰਾਬ ਨਹੀਂ ਹੁੰਦਾ ਜੀ ਇਹ, ਖਰਾਬ ਨਹੀਂ ਹੁੰਦਾ। ਹਾਂ, ਇੰਨੀ ਦੇਰ ਦਾ ਵੈਸੇ ਕੋਈ ਰੱਖਦਾ ਨਹੀਂ ਕਿ ਸਵਾਦ ਇੰਨਾ ਹੀ ਖਾ ਹੋ ਜਾਂਦਾ। ਹਾਂਜੀ ਬਿਲਕੁਲ ਜੀ। ਤੋ ਬਾਈ ਕੋ ਹੁਣ ਇਹਦੇ ਬਾਰੇ ਆਪਾਂ ਵਿਸਤਾਰ ਪੂਰਵਕ ਹੀ ਦੱਸਦੇ ਬਾਈ, ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਦਿਓ ਕਿ ਇਹਦਾ ਬੀ ਕਿਵੇਂ ਹੋਗਾ, ਹਨਾ ਵੀ ਵੱਖਰਾ ਬੀ ਇਹ ਕਿਵੇਂ ਇਹਨੂੰ ਪ੍ਰੋਸੈਸ ਕਰ ਸਕਦੇ ਆਪਾਂ ਸਾਰਾ? ਇਹ ਸਾਨੂੰ 25 ਈਅਰ ਹੋ ਗਏ ਜੀ ਕੰਮ ਕਰਦਿਆਂ ਨੂੰ ਇਹ ਤੇ। ਹਾਂਜੀ 25 ਸਾਲ ਸਾਡੇ ਬਜ਼ੁਰਗ ਕਰਦੇ ਸੀਗੇ ਜੀ ਪਹਿਲਾਂ, ਤੇ ਹੁਣ ਅਸੀਂ ਕੰਟੀਨਿਊ ਕੀਤਾ ਹੋਇਆ ਜੀ ਇਹ। ਠੀਕ ਹੈ। ਤੇ ਇਹਨੂੰ ਫਾਰਮੀ ਲਸਣ ਵੀ ਕਹਿੰਦੇ ਜੀ ਆਪਾਂ, ਜੀਵਨ ਲਸਣ ਵੀ ਕਹਿੰਦੇ ਨੇ। ਇਹਦੇ 2 ਤਰ੍ਹਾਂ ਦੇ ਫਾਇਦੇ ਹੁੰਦੇ ਆ ਜੀ। ਮੰਨ ਲਓ ਇੱਕ ਤਾਂ ਆਪਾਂ ਲਸਣ ਲਾ ਦਿੰਦੇ ਜੀ, ਇਹ ਇੱਦਾਂ ਦਾ ਇੱਕ ਗੰਢੀ ਲਾਈ ਆਪਾਂ ਪੂਰਾ ਲਸਣ ਆਪਾਂ ਨੂੰ ਮਿਲ ਗਿਆ, ਗੱਠਾ ਮਿਲ ਗਿਆ। ਠੀਕ ਹੈ, ਨੋਰਮਲੀ ਹੋ ਗਿਆ ਨਾ ਉਹ। ਇਹਦੇ ਦੂਜੇ ਡਬਲ 2 ਫਾਇਦੇ ਕਿੱਦਾਂ ਹੁੰਦੇ ਜੀ, ਇਹਦੇ ਇਹਦੇ ਥੱਲੇ ਤੇ ਵੀ ਗੱਠੀ ਨਿਕਲਦੀ ਹੈ, ਜਿਹਨੂੰ ਗੱਠੀ ਵੀ ਕਹਿੰਦੇ ਆਪਾਂ, ਕਸ਼ਮੀਰੀ ਲਸਣ ਵੀ ਕਹਿੰਦੇ। ਹਾਂ ਨਹੀਂ, ਇਹ ਵਾਲੀ ਜਿਹੜੀ ਪਈ ਹੈ। ਅੱਛਾ ਠੀਕ ਹੈ, ਆਹ ਜਿਹੜੀ ਪਈ ਹੈ, ਓਕੇ, ਆਹ ਤੁਸੀਂ ਦੇਖ ਰਹੇ ਹੋ ਜੀ, ਇਹ ਵਾਲੀ ਗੱਠੀ ਨਿਕਲਦੀ ਹੈ ਜੀ, ਇਸ ਤੋਂ ਥੱਲੇ ਦੇ ਗੱਠੀ ਨਿਕਲੇਗੀ ਜੀ, ਇਹਨੂੰ ਕਸ਼ਮੀਰੀ ਲਸਣ ਕਹਿ ਦਿੰਦੇ ਜੀ। ਹਾਂਜੀ, ਇਹ ਜ਼ਿਆਦਾਤਰ ਨਾ ਡਰਾਈ ਫਰੂਟ ਦੇ ਦੁਕਾਨਾਂ ਤੇ ਤੁਹਾਨੂੰ ਮਿਲੇਗੀ, ਅਸੀਂ ਡਰਾਈ ਫਰੂਟ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨੂੰ ਸਪਲਾਈ ਕਰਦੇ ਨੇ, ਜ਼ਿਆਦਾਤਰ ਮੁੰਬਈ ਵਗੈਰਾ ਜਾਂਦੀ ਹੈ ਜੀ, ਇਹ ਬਾਹਰ ਐਕਸਪੋਰਟ ਹੁੰਦੀ ਹੈ। ਜਿਹੜਾ ਵੀ ਕੋਈ ਕਿਸਾਨ ਕਰਨਾ ਚਾਹੁੰਦਾ ਉਹ ਸਾਡੇ ਤੋਂ ਬੀਜ ਵੀ ਲੈ ਸਕਦਾ, ਸਾਡੇ ਤੋਂ ਨੌਲੇਜ ਵੀ ਲੈ ਸਕਦਾ ਇਹਦੀ, ਤੇ ਬੀਜ ਵੀ ਆਪਾਂ ਪ੍ਰੋਵਾਈਡ ਕਰਵਾ ਦੂੰਗੇ ਤੇ ਦੁਬਾਰੇ ਖਰੀਦ ਵੀ ਲਓਗੇ ਉਸ ਤੋਂ। ਬੀਜ ਯੂਜ਼ ਹੁੰਦਾ ਇਹ ਵਾਲਾ, ਸਿਰਫ ਡਰਾਈ ਫਰੂਟ ਦੀ ਤਰ੍ਹਾਂ ਯੂਜ਼ ਹੁੰਦਾ। ਹਾਂਜੀ 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 ਬਾਈ, ਪੈਦਾਵਾਰ ਜਿਹੜੀ ਉਹ ਕਿਸ ਹਿਸਾਬ ਨਾਲ ਲਾਉਂਦੀ, ਮਤਲਬ ਕਿ ਜੇ ਕਿੱਲੇ ਦੀ ਗੱਲ ਕਰ ਲਈਏ ਆਪਾਂ, ਖੱਤੇ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿੰਨੀ ਪੈਦਾਵਾਰ ਨਿਕਲ ਜਾਂਦੀ? 15 ਕੁਇੰਟਲ ਬੀਜ ਪੈਂਦਾ ਜੀ ਇਹਦਾ। ਇਹਦਾ 15 ਕੁਇੰਟਲ? ਹਾਂ, ਕਿਉਂਕਿ ਇਹ ਜ਼ਿਆਦਾ ਮੋਟਾ ਹੁੰਦਾ, ਇਹ ਹੈਵੀ, ਵਜ਼ਨ ਜ਼ਿਆਦਾ ਹੁੰਦਾ ਇਹਦੇ ਵਿੱਚ। 15 ਕੁਇੰਟਲ ਬੀਜ ਪੈਂਦਾ ਜੀ, 70 ਕੁਇੰਟਲ ਨਿਕਲਦਾ ਜੀ। ਮਤਲਬ ਕਿ ਇਹਦੀ ਖੇਤੀ ਕਰਨ 'ਚ ਫਾਇਦਾ ਹੁੰਦਾ ਨੋਰਮਲ? ਬਿਲਕੁਲ ਫਾਇਦਾ ਜੀ, ਬਹੁਤ ਜ਼ਿਆਦਾ ਫਾਇਦਾ, ਔਰ ਇਹਦੀ ਖੇਤੀ ਕਰਨ 'ਚ ਥੋੜ੍ਹਾ ਟਾਈਮ ਲੱਗਦਾ ਜੀ, ਐਵੇਂ ਨਹੀਂ ਹੈ ਜੀ ਵੀ ਆਪਾਂ ਤੁਸੀਂ ਮੇਰੇ ਤੋਂ ਬੀਜ ਲੈ ਲਿਆ, ਤੁਸੀਂ ਜਾ ਕੇ ਵੀ 1 ਸਾਲ 'ਚ ਕਾਮਯਾਬ, ਥੋੜ੍ਹਾ ਟਾਈਮ ਲੱਗੇਗਾ, ਤੁਹਾਨੂੰ ਸਮਝਣਾ ਪਏਗਾ ਜੀ ਕਿਵੇਂ ਰੱਖਣਾ, ਇਹਦੀ ਸਾਂਭ ਸੰਭਾਲ ਥੋੜ੍ਹੀ ਜਿਹੀ ਜ਼ਿਆਦਾ ਜੀ, ਮਿਹਨਤ ਜ਼ਿਆਦਾ ਜੀ। ਜਾਣਕਾਰੀ ਦੇ ਰਹੇ ਤੁਸੀਂ, ਮਤਲਬ ਗਾਈਡ ਕਰਦੇ ਹੋ ਲੋਕਾਂ? ਬਿਲਕੁਲ ਕਰਦੇ ਹਾਂ ਜੀ, ਯੂਟਿਊਬ ਤੇ ਹੋਰ ਪਹਿਲਾਂ ਵੀ ਵੀਡੀਓ ਪਈ ਹੈ ਜੀ ਸਾਡੀ, ਯੂਟਿਊਬ ਤੇ ਕਰੀ ਜਾਂਦੇ, ਨਾਲ ਦੀ ਨਾਲ ਕਰੀ ਜਾਂਦੇ ਆ ਜੀ, ਤੇ ਜਿਹੜਾ ਕੋਈ ਆ ਕੇ ਸਾਡੇ ਫਾਰਮ ਤੇ ਦੇਖਣਾ ਚਾਹੁੰਦਾ ਉਹ ਵੀ ਆ ਸਕਦਾ ਜੀ। ਕਿੱਥੇ ਕਿੱਥੇ ਤੁਹਾਡਾ ਫਾਰਮ? ਕਿੱਥੇ? ਸੈਣੀ ਮਾਜਰਾ ਪਿੰਡ ਹੈ, ਨਿਊ ਚੰਡੀਗੜ੍ਹ ਦੇ ਕੋਲ। ਨਿਊ ਚੰਡੀਗੜ੍ਹ ਦੇ ਕੋਲ? ਹਾਂਜੀ, ਨਿਊ ਚੰਡੀਗੜ੍ਹ ਫਾਰਮਿੰਗ ਸਾਰੀ ਆਪਣੀ ਕਰਦੇ ਹੋ? ਹਾਂਜੀ ਹਾਂਜੀ ਹਾਂਜੀ, ਫਾਰਮਿੰਗ ਵੀ ਕਰਦੇ ਹੋ? ਸਿਖਾਉਂਦੇ ਵੀ ਆ ਜੀ ਸਾਰਿਆਂ ਨੂੰ? ਬਈ ਜਿਵੇਂ ਹੁਣ ਆਪਾਂ ਆਹ ਲਸਣ ਲਾਉਣਾ ਹੈ, ਹਾਂਜੀ, ਇਹਦੇ ਲਈ ਪਹਿਲੀ ਗੱਲ ਤਾਂ ਮਿੱਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਪਾਣੀ ਇਹਨੂੰ ਕਿੰਨਾ ਲੈ ਲੇਬਰ ਕਿੰਨੀ ਲੱਗ ਜਾਂਦੀ, ਕਹਿਣ ਤੋਂ ਭਾਵ ਵੀ ਖਰਚਾ ਵਰਚਾ ਲਾ ਕੇ ਕਿੰਨਾ ਕੁ ਹੋ ਜਾਂਦਾ? ਖਰਚਾ ਤਾਂ ਤੁਹਾਡਾ ਇਹਨਾਂ ਕੱਢ ਦੇਣਾ ਜੀ ਜਿਹੜੇ ਵਿਕਣੇ। ਹਾਂਜੀ, ਜਿੰਨਾ ਵੀ ਤੁਹਾਡਾ ਖਰਚਾ ਹੋਏਗਾ, ਸਾਰਾ ਲੇਬਰ ਇਹਦੇ ਵਿੱਚ ਜ਼ਿਆਦਾ ਲੱਗਦੀ ਹੈ, ਕਿਉਂਕਿ ਲੇਬਰ ਇਸ ਕਰਕੇ ਜ਼ਿਆਦਾ ਲੱਗਦੀ ਹੈ ਜੀ, ਕਿਉਂਕਿ ਇਹਨੂੰ ਨਾ ਜਦੋਂ ਪੁੱਟੋਗੇ ਇਹ ਥੱਲੇ ਫਿਰ ਚੁਗਣੀਆਂ ਪੈਂਦੀਆਂ, ਇਹ ਲੇਬਰ ਇਹਨੂੰ ਚੁਗੇਗੀ, ਫਿਰ ਧੋਗੇ, ਧੋ ਕੇ ਸੁਕਾਉਂਗੇ, ਤੇ ਬਾਕੀ ਮਿੱਟੀ ਹੈ ਜਿਹੜੀ, ਮਿੱਟੀ ਜਿੱਦਾਂ ਦੀ ਹੋਵੇ ਉੱਦਾਂ ਦੀ ਚੱਲ ਜਾਏਗੀ, ਜ਼ਿਆਦਾ ਰੇਤਾ ਨਹੀਂ ਚੱਲੇਗਾ, ਮਤਲਬ ਜਿੱਦਾਂ ਬਿਲਕੁਲ ਹੀ ਤੁਸੀਂ ਕਹਿੰਦੇ ਨਾ ਰੇਤਾ ਹੋਵੇ ਉਹ ਨਹੀਂ ਚੱਲੇਗਾ, ਜਿਹੜੀ ਜ਼ਿਆਦਾ ਟਾਈਟ ਮਿੱਟੀ ਹੁੰਦੀ ਹੈ। ਹਾਂ ਹਾਂ ਹਾਂ, ਤੇ ਇਹਦਾ ਮੌਸਮ ਕਿਹੜਾ ਕਿਹੜਾ ਹੁੰਦਾ, ਕਿਹੜੇ ਮੌਸਮ 'ਚ ਲਾਉਣਾ ਚਾਹੀਦਾ ਇਹ? ਅਕਤੂਬਰ 'ਚ ਲੱਗਦਾ ਜੀ, ਅਕਤੂਬਰ 'ਚ ਲੱਗਦਾ, 1
ਅਕਤੂਬਰ ਤੋਂ ਲੈ ਕੇ 15-20 ਅਕਤੂਬਰ ਤੱਕ ਲਵਾਈ ਖਤਮ ਹੋ ਜਾਂਦੀ ਹੈ। ਹਾਂਜੀ 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 20 ਦਿਨਾਂ ਦੇ ਵਿੱਚ, ਬਲਕਿ 15-20 ਦਿਨ ਤੁਸੀਂ ਆਪਣੀ ਲਵਾਈ ਕਰ ਲਓ। ਹਾਂਜੀ ਹਾਂਜੀ, ਤੇ ਪੂਰਾ ਪ੍ਰੋਸੈਸ 7 ਮਹੀਨੇ ਜੀ 7 ਮਹੀਨੇ ਹੋ ਜਾਊਗਾ। 7 ਮਹੀਨੇ ਬਾਅਦ ਤੁਸੀਂ ਆਪਣੀ ਪੜ੍ਹਾਈ ਕਰ ਲਓ। ਹਾਂਜੀ, ਜੂਨ ਜੁਲਾਈ ਜੂਨ ਚ ਪੜ੍ਹਾਈ ਸਟਾਰਟ ਹੋ ਜਾਂਦੀ ਹੈ ਇਹਦੀ, ਜੂਨ ਚ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ ਬਿਹਾਰ ਦੇ ਵਿੱਚ ਜਾ ਕੇ। ਹਾਂਜੀ, ਤੇ ਆਪਣਾ ਜਿਹੜਾ ਪੂਰਾ ਕਰ ਸਕਦੇ। ਹਾਂਜੀ ਹਾਂਜੀ ਬਿਲਕੁਲ। ਅਸੀਂ ਤਾਂ ਮੰਡੀ ਲੈ ਕੇ ਨੀ ਜਾਂਦੇ ਜੀ। ਅੱਛਾ ਜੀ। ਹਾਂ, ਅਸੀਂ ਤਾਂ ਆਪਣੇ ਪ੍ਰੋਡਕਟ ਬਣਾ ਕੇ ਹੀ ਵੇਚਦੇ ਹਾਂ ਜੀ। ਤੁਸੀਂ ਪ੍ਰੋਡਕਟ ਬਣਾ ਕੇ ਆਪਣਾ ਸਾਰਾ? ਹਾਂ, ਜੇ ਕੋਈ ਮੰਡੀ ਲੈ ਕੇ ਵੀ ਜਾਏਗਾ, ਕਿਸੇ ਨੇ ਵੇਚਣਾ ਵੀ ਹੋਏਗਾ, ਤਾਂ ਉਹਦਾ 100 ਰੁਪਏ ਘੱਟ ਤੋਂ ਘੱਟ ਵਿਕੇਗਾ ਜੀ ਇਹ। 100 ਰੁਪਏ ਘੱਟ ਤੋਂ ਘੱਟ ਵਿਕੇਗਾ। ਹਾਂਜੀ, ਬਹੁਤ ਈਜ਼ੀ ਹੈ ਜੀ ਵਿਕਣਾ, ਕੋਈ ਏਦਾਂ ਦੀ ਦਿੱਕਤ ਨਹੀਂ ਹੈ ਜੀ। ਕਿਉਂਕਿ ਤੁਸੀਂ ਕਿਹਾ ਕਿ ਜਿਹੜੇ ਹੁਣ ਆਹ ਵੀ ਡਰਾਈ ਫਰੂਟ ਵਾਂਗੂ ਵਿਕ ਰਹੇ, 2500-3500 ਰੁਪਏ ਕਿਲੋ ਨਿਕਲ ਜਾਂਦਾ ਹਨਾ। ਹਾਂਜੀ, ਇਹ ਚ ਵੀ ਤੁਹਾਨੂੰ ਬੜਾ ਫਾਇਦਾ ਹੋਏਗਾ। ਸੋ ਕਹਿਣ ਦਾ ਭਾਵ ਕਿ ਥੋੜਾ ਰੋਜ਼ਗਾਰ ਵਧੀਆ ਹੋ ਸਕਦਾ ਜੇਕਰ ਤੁਸੀਂ ਇਹ ਵਾਲਾ ਲਸਣ ਚੱਟ ਲਿਓ, ਇਹ ਵਾਲਾ ਲਸਣ ਵੇਚ ਲਿਓ, ਇਹਦੀ ਖੇਤੀਬਾੜੀ ਸ਼ੁਰੂ ਕਰ ਦਿਓ। ਸੋ ਬਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਤੁਸੀਂ ਵੀਡੀਓ ਨੂੰ ਵੱਧ-ਵੱਧ ਸ਼ੇਅਰ ਜ਼ਰੂਰ ਕਰਿਓ ਜੀ, ਤੇ ਬਾਜੀ ਜਾਂਦੇ-ਜਾਂਦੇ ਸਾਡੇ ਦਰਸ਼ਕ ਜਿਹਨੇ ਦੇਖਦੇ ਨੇ, ਸਾਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਤਾਂ ਬਾਈ ਜੀ ਐਵੇਂ ਆ ਵੀ ਸਾਤੋਂ ਤਾਂ ਸਾਰੇ ਸਮਝਦਾਰ ਹੈ ਜੀ, ਪਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਜੇ ਕੋਈ ਸਿੱਖਣਾ ਚਾਹੁੰਦਾ ਆਪਾਂ ਸਿਖਾ ਸਕਦੇ ਹਾਂ ਜੀ, ਸਿਖਾ ਸਕਦੇ। ਹਾਂ, ਕੋਈ ਜਦੋਂ ਬਾਹਰ ਨੂੰ ਜਾਂਦੇ, ਕੈਨੇਡਾ ਅਮਰੀਕਾ ਤੁਰੇ ਫਿਰਦੇ ਜੀ, 25-25 ਲੱਖ ਰੁਪਇਆ ਲੈ ਗਏ ਹੈ ਨਾ, ਉਰੇ ਤੁਸੀਂ ਆਪਣਾ ਕੰਮ ਕਰੋ, ਛੋਟੇ ਤੋਂ ਸ਼ੁਰੂ ਕਰੋ ਜੀ। ਅਸੀਂ ਬਹੁਤ ਛੋਟੇ ਤੋਂ ਸ਼ੁਰੂ ਕਰਿਆ ਤਾ ਜੀ, ਅੱਜ ਅਸੀਂ ਆਪਣਾ ਬ੍ਰਾਂਡ ਬਣਾਇਆ ਹੋਇਆ ਗਰਨੂਰ ਔਰਗੈਨਿਕ ਦੇ ਨਾਮ ਤੇ, ਵਧੀਆ ਮਾਰਕੀਟ ਦੇ ਵਿੱਚ ਆਪਾਂ ਵਧੀਆ ਸੇਲ ਕਰ ਰਹੇ, ਵਧੀਆ ਇਨਕਮ ਕਰ ਰਹੇ ਹਾਂ ਜੀ। ਪਰ ਬਹੁਤ ਵਧੀਆ ਬਾਈ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ, ਤੇ ਬਹੁਤ ਚੰਗਾ, ਧੰਨਵਾਦ ਜੀ। ਠੀਕ ਹੈ ਬਾਈ, ਜਿੰਨੇ ਲੋਕ ਵੀ ਮੇਰਾ ਫਾਰਮ ਹਾਊਸ ਦੇਖ ਰਹੇ ਨੇ, ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ।